ਇੰਡੀਆ ਦਾ ਇੱਥੋਂ ਨੱਕਾ ਟੁੱਟੂਗਾ ਪੰਜਾਬ ਜਿੱਤਗੇ ਫਿਰ ਸਾਰੇ ਮੁਲਕ ਚ ਫੈਲੂ ਆਮ ਆਦਮੀ ਪਾਰਟੀ ਇਹਨਾਂ ਟੋਪਿਆਂ ਦੀ ਹਰੀ ਜੀ ਬੁੱਟੀ ਹੋ ਜਾਂਦੀ ਹੈ ਪਤਾ ਨਹੀਂ ਲੱਗ ਜੜ ਕੱਚੇ ਹੁੰਦੀ ਆਈ ਚੱਲਾਂਗੇ ਇਹਨਾਂ ਦੇ ਹੂਟਰ ਦੱਸ ਦਿੰਦੇ ਨੇ ਕਿ ਗੱਡੀ ਚ ਕੌਣ ਬੈਠਾ ਤੁਸੀਂ ਹੂਟਰਾਂ ਦੀ ਭਾਸ਼ਾ ਨਹੀਂ ਸਮਝਦੇ ਯਾਰ ਗੁਰਦੋਦਾ ਸਿੰਘ ਹੈ ਚੋਰ ਹੈ ਪੱਕਾ ਚੋਰ ਹੈ ਪਰ ਹਲਕੇ ਦਾ ਚੋਰ ਹੈ ਥੋੜੇ ਜਿਹੇ ਇਲਾਕੇ ਦਾ ਚੋਰ ਉਹਦਾ ਹੂਟਰ ਜਦੋਂ ਮਾਰਦਾ ਜੋ ਹੂਟਰ ਮਾਰ ਕੇ ਲੰਘਦਾ ਸਿੱਧਾ ਦੱਸ ਦਿੰਦਾ ਹੂਟਰ ਦੱਸੇ ਦੱਸਦਾ ਹੂਟਰ ਕਿ ਕੌਣ ਬੈਠਾ ਬਾਅਦ ਤੋਂ ਵੱਡਾ ਚੋਰ ਹੈ ਜੀਠੀਆ ਉਦੂ ਵੱਡਾ ਚੋਰ ਹੈ ਸੁਖਬੀਰ ਦਾ ਉਦੂ ਵੱਡਾ ਚੋਰ ਹੈ ਫਿਰ ਉਹਨਾਂ ਦੇ ਹੂਟਰ ਹੋਰ ਹੈ ਰੱਖਿਓ ਦਲਜੀਤ ਸਦਰਪੁਰਾ ਤੁਹਾਡਾ ਆਪਣਾ ਬੇਟਾ ਹੈ ਤੁਹਾਡਾ ਆਪਣਾ ਪੁੱਤ ਭਤੀਜਾ ਹੈ ਤੁਹਾਡਾ ਆਪਣਾ ਚਾਚਾ ਤਾਇਆ ਇਹਨਾਂ ਨੇ ਪੰਜਾਬ ਦੇ ਵਿੱਚ ਦੁੱਧ ਦੀ ਕ੍ਰਾਂਤੀ ਲੈਂਦੀ ਹੈ ਇਹਨਾਂ ਨੇ ਸਹਾਇਕ ਧੰਦੇ ਨੂੰ ਬਹੁਤ ਵਧੀਆ ਤਰੀਕੇ ਨਾਲ PDF ਦੇ ਵਿੱਚ ਚਲਾਇਆ ਹੈ ਸੋ ਵੀਰੋ ਇਹੋ ਜਿਹੇ ਬੰਦਿਆਂ ਨੂੰ ਚੁਣੋ ਨਾ ਜਿਹੜੇ ਤੁਹਾਨੂੰ ਰੋਟੀ ਦਿੰਦੇ ਹੋਣ ਜਿਹਨਾਂ ਨੇ ਕਈ ਚੁੱਲ੍ਹੇ ਪਹਿਲਾਂ ਹੀ ਜਿਹੜੇ ਅੱਗ ਬੁਝਣ ਤੋਂ ਬਚਾਏ ਨੇ ਇਹੋ ਜਿਹੇ ਬੰਦਿਆਂ ਨੂੰ ਚੁਣੋ ਨਾ ਬਾਈ ਜੀ ਬਾਈ ਜੀ ਜਸਕੀਰਤ ਮਾਨ ਬੈਠੀ ਹੈ ਸਾਡੇ ਕੈਨੇਡਾ ਦੇ ਪ੍ਰਧਾਨ ਹੈ ਜਸਕੀਰਤ ਮਾਨ ਉਹ ਵੀ ਬਹੁਤ ਦਿਨਾਂ ਤੋਂ ਆਪਣੇ ਪਰਿਵਾਰ ਸਮੇਤ ਇੱਥੇ ਆਏ ਹੋਏ ਨੇ ਆਪਣੇ ਕੰਮ ਕਾਰ ਛੱਡ ਕੇ ਉੱਥੋਂ ਅਸਲ 'ਚ ਕੀ ਹੋ ਗਿਆ ਹੁਣ ਲੇਟ ਹੋਣ ਦਾ ਕਾਰਨ ਇੱਕ ਹੋਰ ਵੀ ਹੈ ਮੈਨੂੰ ਰੈਲੀ 'ਤੇ ਬੋਲਣ ਨੂੰ ਘੱਟ ਟਾਈਮ ਲੱਗਦਾ ਰੈਲੀ 'ਚੋਂ ਨਿਕਲਣ ਨੂੰ ਜ਼ਿਆਦਾ ਟਾਈਮ ਲੱਗਣ ਲੱਗ ਗਿਆ ਗੱਡੀ ਉੱਤੇ ਬਿਠਾ ਲੈਂਦੇ ਕਹਿੰਦੇ ਨੱਚਾਂਗੇ ਕੈਨੇਡਾ ਵੀ ਦੂਰ ਹੈ ਸਾਰਾ ਧਮਾਕ ਕਰ ਲਏ ਸਾਰੇ ਕਹਿੰਦੇ ਬਾਦਲ ਵੀ ਹਾਰ ਤੇ ਆਤੀ ਨੱਚ ਕੇ ਜਾਂਦਾ ਐਂ ਗੱਲ ਹੈ ਸੋ ਵੀਰੋ ਨੌਜਵਾਨ ਮੁੰਡੇ ਕੁੜੀਆਂ ਹੱਥਾਂ ਦੇ ਵਿੱਚ ਝਾੜੂ ਦੇ ਝੰਡੇ ਲੈ ਕੇ ਤੁਰ ਪਏ ਨੇ ਇੱਥੋਂ ਕਿਸੇ ਤੋਂ ਹੁੰਦਾ ਹੈ ਕਿ ਬਜ਼ੁਰਗੋ ਸਾਡੀ ਗੱਲ ਮੰਨ ਲਿਓ ਇਸ ਵਾਰ ਹੁਣ ਮਨ ਬਣਾ ਬੈਠੇ ਲੋਕ ਵੈਸੇ ਹੁਣ ਕੋਈ ਭਾਸ਼ਣ ਦੇ ਲੰਨੂ ਜੋ ਸਿੱਧੂ ਆ ਗਿਆ ਹੁਣ ਉਹ ਕਹਿੰਦਾ ਮੈਂ ਹੁਣ ਪੰਜਾਬ ਬਦਲੂੰਗਾ ਕਹਿੰਦਾ ਪੰਜਾਬ ਨੂੰ ਬਚਾਊਂਗਾ 15 ਦਿਨਾਂ 'ਚ ਸਿੱਧੂ ਸਾਹਿਬ ਜਿਸ ਵੇਲੇ ਪੰਜਾਬ ਦੇ ਕਿਸਾਨਾਂ ਤੋਂ ਹੱਤਿਆ ਕਰ ਰਹੇ ਸੀ ਜਿਸ ਵੇਲੇ ਪੰਜਾਬ ਦੇ ਨੌਜਵਾਨ ਪਾਣੀ ਦੇ ਟੈਂਕੀਆਂ ਚੜ੍ਹ ਕੇ ਆਪਣੇ ਆਪ ਤੇ ਪੈਟਰੋਲ ਛਿੜਕ ਕੇ ਅੱਗ ਲਾ ਰਹੇ ਸੀ ਜਿਸ ਵੇਲੇ ਪੰਜਾਬ ਦੇ ਧੀਆਂ ਦੇ ਚੁੰਨੀਆਂ ਰੋਲ ਰਹੇ ਸੀ ਉੱਥੇ ਉਸ ਵੇਲੇ ਤੁਸੀਂ ਕੀ ਕਰ ਰਹੇ ਸੀ ਬੰਬੇ ਕਮੇਡੀ ਸ਼ੋਅ 'ਚ ਬੈਠੇ ਆਪਣੇ ਡਾਇਲੋਗ ਬੋਲ ਰਹੇ ਸੀ ਠੁੱਕ ਤਾਲੀ ਤਾਲੀ ਠੁੱਕਣ ਲੱਗਾ ਮੈਂ ਹੁਣ 15 ਦਿਨ 'ਚ ਪੰਜਾਬ ਜਾਣਾ ਗਿਆ ਅੱਛਾ ਇੱਕ ਹੋਰ ਕਿਹਾ ਉਹਨਾਂ ਨੇ ਆ ਕੱਲ ਕਿਸੇ ਮੈਨੂੰ ਵਟਸਐਪ ਭੇਜੀ ਸੀ ਇੱਕ ਹੋਰ ਗੱਲ ਕਹੀ ਹੈ ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਜਮਾਨਤਰੂ ਕਾਂਗਰਸੀ ਹਾਂ ਪੈਦਾਸ਼ੀ ਕਾਂਗਰਸੀ ਹਾਂ ਮੈਂ ਕਿਹਾ ਫਿਰ ਤਾਈ BJP ਨੂੰ ਫੜਾਇਆ ਸੀ ਨਰਸਰੀ ਬੱਚਾ ਬਿਟਾ ਲਿਆ ਸੀ ਮੈਂ ਦੱਸਦਾ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਸਿੱਧੂ ਸਾਹਿਬ ਨਾ ਤੁਹਾਡੇ ਪੱਟੇ ਚੱਕਣੇ ਨੇ ਕਹਿੰਦੇ ਨਾ ਅਸੀਂ ਲੱਪਣੀ ਹੈ ਕਿੱਲੀ ਨਾ ਹੁਣ ਤੁਸੀਂ ਅੰਮ੍ਰਿਤਸਰ ਤੇ ਨਾ ਜਲੰਧਰ ਨਾ ਦਿੱਲੀ ਸੋ ਵੀਰੋ ਸਭ ਪਤਾ ਲੋਕਾਂ ਨੂੰ ਕੌਣ ਕੁਰਸੀਆਂ ਬਚਾਉਣ ਆਇਆ ਕੌਣ ਪੰਜਾਬ ਬਚਾਉਣ ਆਇਆ ਇਹ ਸਭ ਪਤਾ ਲੋਕ ਫੈਸਲਾ ਕਰ ਬੈਠੇ ਨੇ ਹੁਣ ਨਹੀਂ ਬਦਲਨੇ ਮਨ ਨੰਦਾਣੀ ਸਿੱਖਾਂ ਨਹੀਂ ਕੰਮ ਕਰਦੀ ਹੁੰਦੀ ਨੰਦਾ ਦੇ ਸਿੱਖਾਂ ਲੈਣ ਲੱਗ ਜਾਂਦੇ ਕੁੜੀ ਨੂੰ ਨੰਦ ਕਾਲਜ ਦੇ ਬੈਠੀ ਉਹਦੀ ਸਹੇਲੀਆਂ ਹੁੰਦੀਆਂ ਸਹੁਰੇ ਨੂੰ ਆਪ ਸਮਝੀ ਫੜ ਕੇ ਉੱਠ ਕੇ ਸੱਸ ਦੇ ਪੈਰੀ ਹੱਥ ਲਾਈ ਪੈਣੇ ਇਹਦੇ ਨਾਲ ਉਹਦਾ ਸਵਾਲ ਨਹੀਂ ਬਣਦਾ ਜੇ ਉਹਨੇ ਸੱਸ ਦੀ ਪਤਨੀ ਪੱਟਣੀ ਹੋਵੇ ਤਾਂ ਪੱਟੋਗੀ ਮੀ ਟੂ
ਹੁਣ ਫੈਸਲੇ ਹੋ ਚੁੱਕੇ ਨੇ, ਫਾਈਨਲ ਹੋ ਗਿਆ ਸਾਰਾ ਕੁਝ। ਝਾੜੂ ਫਿਰ ਰਿਹਾ ਔਰ ਅਰਵਿੰਦ ਕੇਜਰੀਵਾਲ ਜੀ ਨੇ ਇਹ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੇਰਾ ਸਜਦਾ ਕਰਦੀ ਸਲਾਮ ਕਰਦੀ। ਜਿਸ ਵੇਲੇ ਸਾਰੇ ਮੁਲਕ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੂਟਾ ਸੁੱਕ ਰਿਹਾ ਸੀ ਲੋਕ ਸਭਾ ਚੋਣਾਂ ਵੇਲੇ, ਵਿਰੋਧੀ ਜਿਹੜਾ ਸਟੇਪ ਪਾ ਰਹੇ ਸੀ, ਉਸ ਵੇਲੇ ਪੰਜਾਬੀਆਂ ਨੇ ਚਾਰ ਹਰੇ ਰੰਗ ਦੇ ਪੱਤੇ ਦਿਖਾਏ ਸੀ, ਜਿੱਥੋਂ ਦੁਬਾਰੇ ਉਮੀਦ ਬਣੀ ਸੀ ਕਿ ਦਰਖਤ ਹਰਾ ਹੋ ਸਕਦਾ ਹੈ। ਰਾਤ ਨੂੰ ਲਾਈਵ ਅੱਜ ਗੁਰੂ ਜਿਹੜੇ ਜਾਗਦੇ ਨੇ ਸਾਰੇ ਲਾਈਵ ਨੇ, ਤੈਨੂੰ ਹੋਰ ਕਰੋ ਜੇ ਸੁਖਬੀਰ ਵਾਲ ਤੇ ਕੈਪਟਨ ਅਮਰਿੰਦਰ ਸਿੰਘ ਅੱਜ ਵੇਲੇ ਰੈਲੀ ਕਰਨਾ ਹੈ। ਤੁਸੀਂ ਪਿਆਰ ਹੀ ਨਾ ਕਰੋਗੇ ਨਾ, ਇਹਨੂੰ ਮੱਥਾ ਚੁੰਮ ਚੁੰਮ ਕੇ ਕਰ ਦੋਗੇ ਬੜਾ। ਹਰ ਗੱਲ ਤੁਹਾਨੂੰ ਮੇਰਾ ਹੱਥ ਵੱਡਾ ਬਾਦ ਰੱਖੀਏ ਨਾ, ਜੇ ਕੋਈ ਪੰਜਾਬ ਦੀ ਘਟਨਾ ਹੋਈ ਜਾਂ ਪਾਕਿਸਤਾਨ ਦਾ ਹੱਥ ਜਾਂ ਭਗਵੰਤ ਮਾਨ ਦਾ ਹੱਥ, ਬਾਦ ਸਾਹਿਬ ਤੁਹਾਡੇ ਹੱਥ ਕਿੱਥੇ, ਤੁਹਾਡੇ ਹੱਥ ਸਾਡੀ ਗੇਮਾਂ, ਤੁਹਾਡੇ ਹੱਥ ਸਾਡੀ ਸਰਦੀਆਂ। ਮੈਂ ਹੁਣ ਉਹਦਾ ਇੱਕ ਵੀਡੀਓ ਆਈ ਹੈ, ਉਹਦੇ ਕਾਂ ਸਿੰਘ ਬਾਦ ਸਾਹਿਬ ਜਿਹੜਾ ਮੁੰਡੂ ਦੀ ਬੱਚਾ ਕੀ ਕਰਨਾ, ਸੁਖਬੀਰ ਬਾਦ ਬੇਚਾਰਾ ਕੁਝ ਕੋਈ ਮਿਲੇ ਹੋਏ ਨੇ ਕਾਂਗਰਸੀ ਵੀ ਨਾ ਰਹੇ ਹੋਏ ਨੇ, ਅਸੀਂ ਘਰੇ ਸੁੱਤੇ ਪਏ ਹੁੰਦੇ ਹਾਂ, ਅਸੀਂ ਆਪਣੇ ਘਰਾਂ ਸੁੱਤੇ ਪਏ ਹੁੰਦੇ ਹਾਂ, ਤਾਂ ਕਿ ਉਹ ਸਾਡੇ ਕੰਮ ਤੇ ਲਿਖ ਜਾਂਦੇ ਨੇ ਚਾਹੁੰਦਾ ਹੈ ਤਿਆਰ ਹੋ ਕੈਪਟਨ ਜੀ ਕਰ ਲੈ। ਮੈਂ ਤੁਹਾਡੇ ਨਾਲ ਪੁੱਛ ਲੈ ਚਾਹੁੰਦੇ ਨੇ ਕਿ ਨਹੀਂ, ਮੈਂ ਦੱਸ ਦਿੰਦਾ ਕੈਪਟਨ ਸਾਹਿਬ, ਕੈਪਟਨ ਸਾਹਿਬ ਤੁਸੀਂ ਪੰਜਾਬ 'ਚ ਆਏ ਨੀ, ਤੁਸੀਂ ਦੋ ਮਹੀਨੇ ਸੋਨੀਆ ਗਾਂਧੀ ਪੈਰਾਂ 'ਚ ਬੈਠੀ ਸਾਰੀ ਕਾਂਗਰਸ ਕਿ ਸਾਨੂੰ ਟਿਕਟਾਂ ਦੇ ਦਿਓ। ਮੈਂ ਦੱਸਦਾ ਕਿ ਪੰਜਾਬ ਕੀ ਚਾਹੁੰਦਾ ਹੈ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਹਾਰ ਲਗਾਤਾਰ ਟੀਚੀ ਵਾਲਾ।